ਪੰਜਾਬ ਇਸ ਵੇਲੇ ਹੜਾਂ ਦੀ ਮਾਰ ਚੇਲਦਾ ਹੋਇਆ ਨਜ਼ਰ ਆ ਰਿਹਾ ਹੈ। ਇਨ ਹੜਾਂ ਦੇ ਵਿੱਚ ਰੱਬ ਦਾ ਨਾਂ ਜਿਹੜਾ ਉਹ ਲੋਕਾਂ ਲਈ ਵੱਡਾ ਆਸਰਾ ਬਣਿਆ ਹੋਇਆ ਹੈ। ਰੱਬ ਦੇ ਨਾਂ ਨੂੰ ਲੈ ਕੇ ਜਿਸ ਢੰਗ ਦੇ ਨਾਲ ਰੱਬ ਦੀ ਬਾਣੀ, ਗੁਰੂ ਦੀ ਬਾਣੀ, ਗੁਰਬਾਣੀ ਦੀ ਜ਼ਿਕਰ ਗੱਲ ਕਰੀਏ ਤੇ ਉਸ ਦੇ ਪਰਸਾਰਨ ਦਾ ਮਸਲਾ ਵੀ ਪੱਖਿਆ ਹੋਇਆ। ਐਸਜੀਪੀਸੀ ਹੁਣ ਕਹਿੰਦੀ ਹੋਈ ਨਜ਼ਰ ਆਈ ਕਿ ਅਸੀਂ YouTube ਚੈਨਲ ਖੋਲਦੇ ਹੋਏ ਨਜ਼ਰ ਆਵਾਂਗੇ। ਲੇਕਿਨ ਸਰਕਾਰ ਕਹਿ ਰਹੀ ਹੈ ਕਿ ਇੱਕ ਪਰਿਵਾਰ ਦੇ ਦਾਇਰੇ ਤੋਂ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਉਹ ਬਾਹਰ ਕੱਢਿਆ ਜਾਏਗਾ ਮਲਵਿੰਦਰ ਸਿੰਘ ਕੰਗ ਆਮ ਆਦੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਸਾਡੇ ਨਾਲ ਨੇ ਗੱਲਬਾਤ ਕਰਨ ਹੈ ਕੰਨ ਸਾਹਿਬ ਐਸਜੀਪੀਸੀ ਨੇ ਰੁਖ ਸਾਫਤ ਕੀਤਾ ਕਿ ਹੁਣ YouTube ਚੈਨਲ ਬਣਾਇਆ ਜਾਏਗਾ ਜਿਸ ਦੇ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਨਜ਼ਰ ਆਏਗਾ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕ ਖਾਸ ਚੈਨਲ ਇੱਕ ਖਾਸ ਪਰਿਵਾਰ ਦੇ ਦਾਇਰੇ ਤੋਂ ਗੁਰਬਾਣੀ ਦਾ ਪ੍ਰਸਾਰਣ ਬਾਹਰ ਕੱਢਣਾ ਹਰ ਸੰਭਵ ਕੋਸ਼ਿਸ਼ ਇਸ ਨੂੰ ਲੈ ਕੇ ਕੀਤੀ ਜਾਏਗੀ ਕਿਸ ਤਰ੍ਹਾਂ ਦੇਖਦੇ ਹੋ ਐਸਜੀਪੀਸੀ ਦੇ ਸਟੈਂਡ ਨੂੰ ਔਰ ਹੁਣ ਸਰਕਾਰ ਦਾ ਕੀ ਰੁਖ ਰਹਿਣ ਵਾਲਾ ਹੈ ਦੇਖੋ ਸਰਕਾਰ ਨੇ ਜਿਹੜਾ ਫੈਸਲਾ ਲਿਆ ਸੀ ਨਾ ਬਨੀਤ ਜੀ ਉਹ ਕਰੋੜਾਂ ਉਹ ਲੋਕ ਹੈ ਜਿਹੜੇ ਦੁਨੀਆ ਭਰ ਚ ਬੈਠੇ ਹੈ ਜਿਹੜੇ ਚਾਹੁੰਦੇ ਆ ਵੀ ਹਰੇਕ ਦੇ ਘਰ ਚ ਗੁਰਬਾਣੀ ਦਾ ਜਿਹੜਾ ਪ੍ਰਸਾਰ ਹੈ ਫ੍ਰੀ ਟੂ ਔਰ ਫ੍ਰੀ ਆਫ ਕਾਸਟ ਹੋਵੇ ਘਰ ਘਰ ਪਹੁੰਚੇ ਜੀ ਔਰ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਉਹ ਵੀ ਹੈ ਸਰਬ ਸੰਜੀ ਵਾਲਤਾ ਦੀ ਗੱਲ ਕਰਦੇ ਆ ਸਰਬਤ ਦੇ ਭਲੇ ਦੀ ਗੱਲ ਕਰਦੇ ਆ ਅਨਫੋਰਚੂਨੇਟਲੀ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਤੇ ਕਬਜ਼ਾ ਕੀਤਾ ਹੈ ਉਹਦੇ ਨਾਲ ਨਾਲ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਵੀ ਇਹਨਾਂ ਦਾ ਕਬਜ਼ਾ ਹੈ ਤਕਰੀਬਨ ਇਹਨਾਂ ਦਾ ਚੈਨਲ ਜਿਹੜਾ ਬਾਦਲ ਪਰਿਵਾਰ ਨਾਲ ਸੰਬੰਧਿਤ ਚੈਨਲ ਹੈ ਉਹਦੇ ਕੋ ਪ੍ਰਾਪਰਟੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਹੈ ਜੀ ਔਰ ਉਹਨਾਂ ਦੀ ਮਰਜ਼ੀ ਹੈ ਕਿਹੜੇ ਮੁਲਕ ਚ ਦੇਣੀ ਹੈ ਨਹੀਂ ਦੇਣੀ ਕਿਸ ਟਾਈਮ ਦੇਣੀ ਹੈ ਪ੍ਰਸਾਰ ਕਰਨਾ ਨਹੀਂ ਕਰਨਾ ਸੋ ਇੱਕ ਤੇ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਗੁਰਦੁਆਰਾ ਐਕਟ ਅਮੈਂਡਮੈਂਟ ਕੀਤੀ ਸੀ ਜੀ ਔਰ ਇਹ ਇਨਸ਼ੋਰ ਕੀਤਾ ਸੀ ਕਿ ਜਿਹੜਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੈ ਫ੍ਰੀ ਟੂ 에ਅਰ ਫ੍ਰੀ ਆਫ ਕੋਸਟ ਹੋਵੇ ਔਰ ਓਪਨ ਹੋਵੇ हां ਜਿਹੜੀ ਔਰਤਾਂ ਦੀ ਮਰਿਆਦਾ ਆ ਪਰ ਸਾਡੋਂ ਲੈ ਕੇ ਉਹ ਜ਼ਰੂਰ ਲਾਗੂ ਹੋਣੀ ਚਾਹੀਦੀ ਔਰ ਮੈਨੂੰ ਸਮਝ ਨਹੀਂ ਆ ਰਿਹਾ ਵੀ ਧਾਮੀ ਸਾਹਿਬ ਦੀ ਕੀ ਮਜਬੂਰੀ ਹੈ ਇੱਕ ਪਾਸੇ ਤੇ ਪੀਟੀਸੀ ਜ਼ਰੂਰ ਔਰ ਤੋਂ ਬਾਹਰ ਹੁੰਦਾ ਦਿਖ ਰਿਹਾ ਹੈ ਲੇਕਿਨ ਜਿਹੜਾ ਨਵਾਂ YouTube ਚੈਨਲ ਬਣਾਉਣ ਦੀ ਗੱਲ ਕੀਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਕੱਲ ਉਹ YouTube ਚੈਨਲ 'ਚ ਵੀ ਉਹੀ ਲੋਕ ਸ਼ਾਮਿਲ ਹੈ ਜਿਹੜੇ ਹਰ ਸਿਮਰਤ ਕੌਰ ਬਾਦਲ ਦੀ ਨੰਨੀ ਸ਼ਾ ਫਾਊਂਡੇਸ਼ਨ 'ਚ ਸੀਈਓ ਹੈ ਜਾਂ ਕਰਤਾ-ਤਰਤਾ ਹੈ। ਜੀ। ਸੋ ਮੈਨੂੰ ਇਹ ਨਹੀਂ ਸਮਝ ਆ ਰਿਹਾ ਪਹਿਲੀ ਗੱਲ ਕਿ ਇਹਨਾਂ ਦੀ ਕੀ ਮਜਬੂਰੀ ਹੈ ਇੱਕ ਪਰਿਵਾਰ ਨੂੰ ਕਿਉਂ ਆਪਾਂ ਫਾਇਦਾ ਦੇਣਾ ਚਾਹੁੰਦੇ ਹਾਂ ਔਰ ਇਹ ਲੋਕ ਵੀ ਨਹੀਂ ਚਾਹੁੰਦੇ। ਸੋ ਇਸ ਕਰਕੇ ਮੁੱਖ ਮੰਤਰੀ ਜੀ ਮਾਨ ਸਾਹਿਬ ਨੇ ਕੱਲ ਵੀ ਰਾਜਪਾਲ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਜਿਹੜਾ ਅਸੀਂ ਐਕਟ ਬਣਾ ਕੇ ਭੇਜਿਆ ਉਹਨੂੰ ਅਪਰੂਵ ਕਰਕੇ ਭੇਜੋ ਔਰ ਗੁਰਬਾਣੀ ਦਾ ਪ੍ਰਚਾਰ-ਪ੍ਰਚਾਰ ਜਿਹੜਾ ਹੈ ਇਹ ਕਬਜ਼ੇ ਚੋਂ ਨਿਕਲਣਾ ਚਾਹੀਦਾ ਹੈ ਔਰ ਸਾਰੀ ਦੁਨੀਆ ਚ ਬੈਠੀ ਸੰਗਤ ਦੇ ਘਰ-ਘਰ ਇਹ ਪਹੁੰਚੇ ਇਹ ਹੀ ਅਸੀਂ ਚਾਹੁੰਦੇ ਆ ਲੇਕਿਨ ਕੰਨ ਸਾਹਿਬ ਜਿਸ ਤਰ੍ਹਾਂ ਦੇ ਨਾਲ ਐਸਜੀਪੀਸੀ ਹੁਣ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਅਸੀਂ ਆਪਣਾ ਹੀ ਇੱਕ ਪਲੇਟਫਾਰਮ ਦੇਵਾਂਗੇ ਲੋਕਾਂ ਨੂੰ ਚੈਨਲਾਂ ਨੂੰ ਫ੍ਰੀ ਟੂ 에ਅਰ ਹੋਊਗਾ ਉਸ ਤੋਂ ਪ੍ਰਸਾਰਣ ਤੇ ਉਸ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਕਿ ਉੱਥੇ ਵੀ ਉਸ ਪਰਿਵਾਰ ਨੂੰ ਹੀ ਜਿਹੜਾ ਉਹ ਜ਼ਿਆਦਾਤਰ ਜਈ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਈਟਸ ਜਿਹੜੇ ਨੇ ਉਸੇ ਪਰਿਵਾਰ ਦੇ ਕੋਲ ਉਸੇ ਚੈਨਲ ਦੇ ਕੋਲ ਸੁਰੱਖਿਤਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਭਾਵਿਕ ਜੀ ਗੱਲ ਹੈ ਮੈਂ ਤਾਂ ਫੈਕਟ ਦੀ ਗੱਲ ਕਰਦਾ ਹਾਂ ਜਿਹੜਾ ਯੂਟਿਊਬ ਚੈਨਲ ਦੀ ਗੱਲ ਧਾਮੀ ਸਾਹਿਬ ਨੇ ਕੀਤੀ ਆ ਉਸ ਯੂਟਿਊਬ ਦੇ ਕਰਤਾ ਤਰਤਾ ਦੀ ਜਿਹੜੀ ਗੱਲ ਹੈ ਉਹ ਉਹ ਵੀ ਸਾਰੇ ਉਹੀ ਲੋਕ ਹੈ ਜਿਹੜੇ ਅਰਸ਼ਿਮਰਤ ਕੌਰ ਬਾਦਲ ਦੀ ਬਾਦਲ ਤੋਂ ਬਣੇ ਆਏ ਨੇ ਕੋਈ ਨਾ ਸਾਹਮਣੇ ਆਏ ਕੋਈ ਫੇਸ ਸਾਹਮਣੇ ਆਇਆ ਪ੍ਰਿੰਕਾ ਹੈ ਇੱਕ ਜਿਹੜਾ ਮੇਰੇ ਕੋਲ ਨੋਟ ਹੈ ਕੀਤੇ ਹੋਏ ਆ ਚੈੱਕ ਮੇਰੇ ਯਾਦ ਨਹੀਂ ਗਿਆ ਇਸ ਟਾਈਮ ਆ ਬਿਲਕੁਲ ਜਿਹੜੇ ਨੰਨੀਸ਼ਾ ਫਾਊਂਡੇਸ਼ਨ ਦੇ ਸੀਓ ਐ ਉਹਨਾਂ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਜਾ ਰਹੀ ਸੋ ਸਾਡਾ ਕਹਿਣ ਤੋਂ ਬਾਅਦ ਇਹ ਆ ਵੀ ਕਿਉਂ ਇੱਕ ਪਰਿਵਾਰ ਦੇ ਬੈਨੀਫਿਟ ਨੂੰ ਕਿਉਂ ਦੇਖਿਆ ਜਾ ਰਿਹਾ ਪਹਿਲਾਂ ਵੀ ਉਹਨਾਂ ਨੇ ਫਾਈਨੈਂਸ਼ੀਅਲ ਨਾਲ ਇਮੋਸ਼ਨਲ ਨਾਲ ਰਾਜਨੀਤਿਕ ਫਾਇਦਾ ਲਿਆ ਹਾਲੇ ਜੀ ਸੇ ਇਹ ਗੁਰਬਾਣੀ ਦੇ ਸਿਧਾਂਤ ਦੇ ਵੀ ਖਿਲਾਫ ਹੈ ਜੀ ਤੇ ਕਨ ਸਾਹਿਬ ਹੁਣ ਸਰਕਾਰ ਦਾ ਕੀ ਐਕਸ਼ਨ ਰਹਿਣ ਵਾਲਾ ਕਿਉਂਕਿ ਬਿੱਲ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਸੀ ਉਹ ਹਜੇ ਰਾਜਪਾਲ ਸਾਹਿਬ ਦੇ ਕੋਲ ਪਿਆ ਹਜੇ ਉਸਤੇ ਉੱਪਰ ਸਿਗਨੇਚਰ ਨਹੀਂ ਹੋਇਆ ਮੁੱਖ ਮੰਤਰੀ ਸਾਹਿਬ ਅਪੀਲ ਵੀ ਕਰਦੇ ਨਜ਼ਰ ਆਏ ਨੇ ਰਾਜਪਾਲ ਸਾਹਿਬ ਨੂੰ ਕਿ ਤੁਸੀਂ ਉਸਤੇ ਸਿਗਨੇਚਰ ਕਰ ਦਿਓ ਬਿੱਲ ਪਾਸ ਕਰ ਦਿਓ ਤਾਂ ਕਿ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਟੂ 에ਅਰ ਹੋ ਸਕੇ ਤੁਹਾਨੂੰ ਲੱਗਦਾ ਹੈ ਰਾਜਪਾਲ ਸਾਹਿਬ ਜਿਹੜੇ ਨੇ ਉਸਤੇ ਸਿਗਨੇਚਰ ਕਰਨਗੇ ਤੇ ਫ੍ਰੀ ਟੂ 에ਅਰ ਹੋ ਪਾਊਗਾ ਗੁਰਬਾਣੀ ਦਾ ਪ੍ਰਸਾਰਣ ਡੈਫੀਨੇਟਲੀ ਹੋਣਾ ਚਾਹੀਦਾ ਹੈ ਇਹਦਾ ਕਾਨੂੰਨੀ ਰੂਪ ਬਣਨਾ ਚਾਹੀਦਾ ਹੈ ਕਿ ਲੋਕ ਸੰਗਤੀ ਭਾਵਨਾ ਕੀ ਆ ਸੰਗਤ ਦੀ ਭਾਵਨਾ ਦੇ ਹਿਸਾਬ ਨਾਲ ਫੈਸਲੇ ਹੋਣੇ ਆ ਜੇ ਐਸਜੀਪੀਸੀ ਹਜੇ ਵੀ ਇੱਕ ਪਰਿਵਾਰ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਦੀ ਨਜ਼ਰ ਆਊਗੀ ਤਾਂ ਲੋਕਾਂ ਨੇ ਇਨਾਂ ਤੇ ਵੀ ਕਿਤੇ ਨਾ ਕਿਤੇ ਇਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦੇਣਾ ਸੋ ਮੈਨੂੰ ਲੱਗਦਾ ਇਹ ਨੌਬਤ ਨਾ ਆਵੇ ਅਸੀਂ ਤੇ ਧਾਮੀ ਸਾਹਿਬ ਨੂੰ ਕਿਹਾ ਹੈ ਵੀ ਇਹ ਜਿਹੜਾ ਪੂਰਾ ਟਰਾਂਸਪੇਰੈਂਸੀ ਨਾ ਓਪਨ ਹੋਣਾ ਚਾਹੀਦਾ ਔਰ ਹਰ ਇੱਕ ਚੈਨਲ ਨੂੰ ਜੀ ਐਸਜੀਪੀਸੀ ਮਰਿਆਦਾ ਤੈਅ ਕਰਦੇ ਉਹਦੇ ਹਿਸਾਬ ਨਾਲ ਫ੍ਰੀ ਟੂ 에ਅਰ ਹੋਵੇ ਤਾਂ ਕਿ ਗੁਰਬਾਣੀ ਦੁਨੀਆ ਪਰਚ ਪਹੁੰਚੇ ਤੁਸੀਂ ਫੈਸਲਾ ਮੰਨਣ ਲਈ ਤਿਆਰ ਹੋ YouTube ਚੈਨਲ ਦਾ ਸਰਕਾਰ ਕਿਆ ਉਹ ਫੈਸਲਾ ਮੰਨਣ ਲਈ ਤਿਆਰ ਹੈ ਕਿ YouTube ਚੈਨਲ ਜਿਹੜਾ SCBC ਕੋਲ ਰਹੀ ਹੈ ਕਿ ਉਹ ਸਹੀ ਹੈ ਜਾਂ ਨਹੀਂ ਇਹ ਉਹ ਤੇ ਸਹੀ ਕਿ ਬਿਲਕੁਲ ਨਹੀਂ ਠਰਾਇਆ ਜਾ ਸਕਦਾ ਉਹ ਤੇ ਫਿਰ ਗੱਲ ਇਹ ਹੈ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਜੀ ਪਹਿਲਾਂ ਸੁਖਵੀਰ ਬਾਦਲ ਦੇ ਚੈਨਲ ਨੂੰ ਦਿੱਤਾ ਸੀ ਹੌਣ ਹਰ ਸਿਮਰਤ ਕੌਰ ਬਾਦਲ ਜਿਹੜੇ ਉਹਨਾਂ ਦੀ ਫਾਊਂਡੇਸ਼ਨ ਦੇ ਜਿਹੜੇ ਕਰਤਾ ਤਰਤਾ ਹੈ ਉਹਨਾਂ ਨੂੰ ਅਧਿਕਾਰ ਦਿੱਤੇ ਜਾ ਰਹੇ ਆ ਤੇ ਇਹਦਾ ਮਤਲਬ ਗੱਲ ਤੇ ਇਹ ਆ ਵੀ ਇਹਨਾਂ ਨੂੰ ਸੰਗਤ ਦੀਆਂ ਜਿਹੜੀਆਂ ਭਾਵਨਾ ਉਹਨਾਂ ਦੀ ਤੇ ਕਿਤੇ ਵੀ ਕਦਰ ਨਹੀਂ ਹੋ ਰਹੀ ਔਰ ਇਹ ਮੈਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਗੁਰਬਾਣੀ ਕਿਉਂ ਨਾ ਦੁਨੀਆ ਭਰ ਚ ਜਾਵੇ ਹਰੇਕ ਘਰ ਚ ਜਾਵੇ ਔਰ ਹਰੇਕ ਚੈਨਲ ਨੂੰ ਕਿਉਂ ਨਾ ਅਧਿਕਾਰ ਹੋਣ ਹਾਂ ਔਰ ਤੇ ਜਿਹੜਾ ਬਣਦਾ ਪ੍ਰੋਟੋਕੋਲ ਹੈ ਮਰਿਆਦਾ ਉਹ ਲਾਗੂ ਹੋਵੇ ਲੇਕਿਨ ਅੱਜ ਜੇਕਰ ਗੱਲ ਕਰੀਏ ਅੱਜ ਦੇ ਜਿਹੜੇ ਨਵੇਂ ਸਿਨੈਰੀਓ ਬਣੇ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਜੋੜ ਦਿੱਤਾ ਗਿਆ ਆਰਡੀਨੈਂਸ ਨੂੰ ਲੈ ਕੇ ਕਾਂਗਰਸ ਨੇ ਜਿਹੜੀ ਸਪੋਰਟ ਕੀਤੀ ਹੈ ਅਕਾਲੀ ਦਲ ਤੰਜਕਸਤਾ ਨਜ਼ਰ ਆ ਰਿਹਾ ਹੈ ਕਹਿ ਰਹੇ ਨੇ ਕਿ ਹੁਣ ਸਾਰੇ ਪੱਤੇ ਜਿਹੜੇ ਨੇ ਖੁੱਲ ਗਏ ਨੇ ਹੁਣ ਪਤਾ ਲੱਗਿਆ ਵੀ ਕਾਂਗਰਸ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਔਰ ਕਾਂਗਰਸ ਦੇ ਇਸ਼ਾਰੇ ਤੇ ਹੀ ਕਈ ਫੈਸਲੇ ਹੁੰਦੇ ਨੇ ਦੇਖੋ ਗੱਲ ਇਹ ਆ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਪਿਛਲੇ ਕੁਝ ਮਹੀਨਿਆਂ ਤੋਂ ਉਹ ਆ ਵੀ ਜਿਸ ਤਰੀਕੇ ਨਾਲ ਭਾਜਪਾ ਦੇਸ਼ ਨੂੰ ਤਾਨਾਸਾਈ ਵੱਲ ਵਧਾ ਰਹੀ ਹੈ ਜੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦਾ ਜਿਹੜਾ ਕਾਣ ਕੀਤਾ ਜਾ ਰਿਹਾ ਹਨਰੇਬਲ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਔਰ ਚੁਣੀਆਂ ਹੋਈਆਂ ਸਰਕਾਰਾਂ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਕੇ ਉਹਨਾਂ ਦੀਆਂ ਤਾਕਤਾਂ ਨੂੰ ਘਟਾਇਆ ਜਾ ਰਿਹਾ ਉਹਦੇ ਖਿਲਾਫ ਦੇਸ਼ ਨੂੰ ਇਕਜੁੱਟ ਹੋਣਾ ਚਾਹੀਦਾ ਔਰ ਅਸੀਂ ਇਹ ਹੀ ਗੱਲ ਕਹੀ ਸੀ ਵੀ ਕਾਂਗਰਸ ਜਿਹੜਾ ਦਿੱਲੀ 'ਚ ਬਲੈਕ ਆਰਡੀਨੈਂਸ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਨੇ ਲਈ ਜਿਹਦੇ ਹਿਸਾਬ ਨਾਲ ਐਕਚੁਅਲ ਪਾਵਰ ਐਲਜੀ ਕੋ ਰਹੂਗੀ ਲੋਕਾਂ ਨੇ ਤਾਕਤ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਦਿਖਾਈ ਆ ਉਹ ਬਿਲਕੁਲ ਨਹੀਂ ਮੰਨਣਾ ਚਾਹੀਦਾ ਅੱਜ ਕਾਂਗਰਸ ਨੇ ਉਰਤੇ ਸ਼ਾਂਤੀ ਦਿਖਾਈ ਹੈ ਮੈਨੂੰ ਲੱਗਦਾ ਇਹ ਲੜਾਈ ਜਿਹੜੀ ਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਹੈ ਲੇਕਿਨ ਇਸ ਨੂੰ ਏ ਔਰ ਬੀ ਟੀਮ ਦਾ ਨਾਮ ਦੇ ਦਿੱਤਾ ਨਹੀਂ ਉਹ ਤੇ ਚਾਹਣਗੇ ਨਾ ਉਹ ਤੇ ਚਾਹੁੰਦੇ ਆ ਵੀ ਬਖਰੀਆ ਰਵੇ ਵਿਰੋਧੀ ਧੜਾ ਤੇ ਮੋਦੀ ਸਾਹਿਬ ਦੀਆਂ ਮੌਜਾਂ ਲੱਗ ਜਾਣ ਲੇਕਿਨ ਦੇਸ਼ ਇਕਜੁੱਟ ਹੋ ਰਿਹਾ ਹੈ ਪਾਰਟੀਆਂ ਦੀ ਤੇ ਗੱਲ ਹੀ ਪਿੱਛੇ ਰਹੇਗੀ ਜੋ ਇਕਜੁੱਟ ਹੋ ਰਿਹਾ ਔਰ ਇਹ ਸਰਪਤ ਸਿਰਫ ਜਿਹੜੇ ਬਲੈਕ ਆਰਡੀਨੈਂਸ ਆਇਆ ਉਹਦੇ ਖਿਲਾਫ ਇਹ ਤਾਨਾਸ਼ਾਹੀ ਨੂੰ ਤੋਂ ਦੇਸ਼ ਦੀ ਡੈਮੋਕਰੇਸੀ ਨੂੰ ਬਚਾਉਣ ਦੀ ਲੋੜ ਹੈ ਉਹਦੇ ਲਈ ਸਾਰੇ ਇਕੱਠੇ ਹੋ ਰਹੇ ਆ ਔਰ ਇਹ ਦੇਸ਼ ਦੇ ਲੋਕਾਂ ਦੀ ਔਰ ਦੇਸ਼ ਦੀ ਭਵਿੱਖ ਦੀ ਲੜਾਈ ਹੈ ਇੱਕ ਆਖਰੀ ਸਵਾਲ ਕੰਨ ਸਾਹਿਬ ਜਿਹੜਾ ਰਾਜਪਾਲ ਸਾਹਿਬ ਦੇ ਕੋਲ ਬਿੱਲ ਪੈਂਡਿੰਗ ਪਏ ਨੇ ਉਹਨਾਂ ਨੂੰ ਲੈ ਕੇ ਹੁਣ ਕੀ ਰੋਕ ਹੈ ਕਿਉਂਕਿ ਅਗਰ ਆਏ ਤਾਂ ਇਹ ਕਰ ਲਿਆ ਅੱਗੇ ਕੀ ਤਿਆਰੀ ਖਿੱਚ ਕੇ ਚੱਲ ਰਹੇ ਹੋ ਕਿਉਂਕਿ ਕੱਲ ਵੀ ਜਿਹੜੇ ਇੱਕ ਆਰਡਰ ਆਏ ਨੇ ਰਾਜ ਭਵਨ ਤੋਂ ਇੱਕ ਵੀ ਸੀ ਦਾ ਜਿਹੜਾ ਕਹਿੰਦੇ ਅਤਿਰਕਤ ਚਾਰਜ ਦੇਣਾ ਸੀ ਸਰਕਾਰ ਨੇ ਜਿਹੜੀ ਸਫਾਰਿਸ਼ ਕੀਤੀ ਸੀ ਉਸ ਨੂੰ ਨਹੀਂ ਮੰਨਿਆ ਰਾਜਪਾਲ ਸਾਹਿਬ ਨੇ ਆਪਣਾ ਬੰਦਾ ਜਿਹੜਾ ਹੈ ਆਪਣਾ ਇੱਕ ਨਾਂ ਜਿਹੜਾ ਉਸ ਨੂੰ ਫਾਈਨਲ ਅਤਿਰिक्त ਕਾਰਜਬਾਰ ਦਿੱਤਾ ਉਹ ਕਿਤੇ ਨਾ ਕਿਤੇ ਰੇਡ ਕਾ ਹੈ ਹਾਲਾਂਕਿ ਕਿਉਂਕਿ ਵਿਧਾਨ ਸਭਾ ਦੇ ਵਿੱਚ ਯੂਨੀਵਰਸਿਟੀਆਂ ਦੇ ਵੀਸੀ ਨੂੰ ਲੈ ਕੇ ਵੀ ਇੱਕ ਬਿਲ ਪਾਸ ਹੋਇਆ ਸੀ ਉਹ ਵੀ ਰਾਜਪਾਲ ਸਾਹਿਬ ਦੇ ਕੋਲ ਪਿਆ ਟੈਕਨੀਕਲ ਫਾਰਮ ਦੀ ਗੱਲ ਕਰ ਰਹੇ ਨੇ ਰਾਜਪਾਲ ਸਾਹਿਬ ਸਿਗਨੇਚਰ ਨਹੀਂ ਕਰ ਰਹੇ ਤੇ ਇਸ ਨੂੰ ਲੈ ਕੇ ਸਰਕਾਰ ਦਾ ਹੁਣ ਕੀ ਸਟੈਂਡ ਦੇਖੋ ਗੱਲ ਇਹ ਆ ਵੀ ਜਿਹੜੇ ਗਵਰਨਰ ਸਹਿਬਾਨ ਹੈ ਉਹ ਇਸ ਟਾਈਮ ਮਹਾਮਹਿਮ ਦੀ ਬਤੌਰ ਮਹਾਮਹਿਮ ਘਟ ਕੰਮ ਕਰ ਰਿਹਾ ਬਤੌਰ ਭਾਜਪਾ ਲੀਡਰ ਕੰਮ ਜ਼ਿਆਦਾ ਕਰ ਇਸੇ ਕਰਕੇ ਹੀ ਅਸੀਂ ਗਵਰਨਰ ਸਾਹਿਬ ਨੂੰ ਵਾਰ-ਵਾਰ ਕਿਹਾ ਵੀ ਚੁਣੀ ਹੋਈ ਸਰਕਾਰ ਦੇ ਫੈਸਲਿਆਂ ਨੂੰ ਜਿਹੜਾ ਮੰਨਣ ਲਈ ਉਹ ਪਾਬੰਦ ਹੈ ਇਹ ਦੇਸ਼ ਦਾ ਸੰਵਿਧਾਨ ਕਹਿੰਦਾ ਫੈਡਰਲ ਸਟਰਕਚਰ ਕਹਿੰਦਾ ਹੈ ਔਰ ਬਾਬਾ ਸਾਹਿਬ ਅੰਬੇਡਕਰ ਵਰਗੇ ਜਿਹੜੇ ਇਸ ਮਹਾਨ ਲੋਕ ਉਹਨਾਂ ਦੀਆਂ ਜਿਹੜੀ ਜਿਹੜੇ ਕਾਨੂੰਨ ਕਾੜੇ ਸੀ ਉਹਨਾਂ ਦੀ ਲਿਖਤੀ ਸੰਵਿਧਾਨ ਹੈ ਸਾਡੇ ਕੋਲ ਸੋ ਗਵਰਨਰ ਸਾਹਿਬ ਕਾਉਂਟੇਬਲ ਵੀ ਹੈ ਚੁਣੀ ਹੋਈ ਸਰਕਾਰ ਦੇ ਜਵਾਬ ਨਹੀਂ ਕਰਦੇ ਜੇ ਨਹੀਂ ਸਿਗਨੇਚਰ ਕਰਦੇ ਡੈਫੀਨੇਟਲੀ ਕਰਾਂਗੇ ਅਸੀਂ ਦੁਬਾਰਾ ਵੀ ਉਹਨਾਂ ਨੂੰ ਰਿਮਾਈਂਡਰ ਹੀ ਭੇਜਾਂਗੇ ਲੇਕਿਨ ਇਹ ਗਵਰਨਰ ਸਾਹਿਬ ਦੀ ਡਿਊਟੀ ਬਾਉਂਡ ਹੈ ਕਿ ਚੁਣੀ ਹੋਈ ਸਰਕਾਰ ਦੇ ਬਣਾਏ ਹੋਏ ਕਾਨੂੰਨ ਜਾਂ ਕੋਈ ਵੀ ਫੈਸਲੇ ਉਹਨਾਂ ਨੂੰ ਮੰਨਣਾ ਜ਼ਰੂਰੀ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਗਵਰਨਰ ਸਾਹਿਬ ਡਿਊਟੀ ਬਾਉਂਡ ਹੈ ਕਿ ਛੇਤੀ ਤੋਂ ਛੇਤੀ ਸਿਗਨੇਚਰ ਕਰਨ ਲੇਕਿਨ ਗੁਰੂ ਦੀ ਬਾਣੀ ਦਾ ਜੜਾ ਮਸਲਾ ਗੁਰੂ ਦੀ ਬਾਣੀ ਦੇ ਪਰ ਸਾਰਣ ਦਾ ਜੜਾ ਮਸਲਾ ਐਸਜੀਪੀਸੀ ਸਪਸ਼ਟ ਕਰ ਚੁੱਕਿਆ ਹੈ YouTube ਚੈਨਲ ਖੋਲ ਰਹੇ ਹਾਂ ਉਸ ਦੇ ਤਹਿਤ ਫ੍ਰੀ ਟੂ ਏਅਰ ਹੋਏਗੀ ਗੁਰੂ ਦੀ ਬਾਣੀ ਲੇਕਿਨ ਦੂਜੇ ਪਾਸੇ ਜਿਸ ਢੰਗ ਦੇ ਨਾਲ ਮਾਲਵਿੰਦਰ ਕੰਨ ਕਹਿੰਦੇ ਹੋਏ ਨਜ਼ਰ ਆਏ ਕਿ ਹਰ ਸਿਮਰਤ ਕੋਰ ਬਾਦਲ ਦੀ ਨੰਨੀ ਛਾ ਫਾਊਂਡੇਸ਼ਨ ਦੇ ਲੋਕ ਹੀ ਜਿਹੜੇ ਨੇ ਉਹ YouTube ਚੈਨਲ ਰਨ ਕਰਦੇ ਨਜ਼ਰ ਆਣਗੇ ਇੱਕ ਵੱਡੇ ਅਲੀਗੇਸ਼ਨ ਇਹਨਾਂ ਨੇ ਲਾਏ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਅਲੀਗੇਸ਼ਨਾਂ ਦਾ ਜਵਾਬ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਿਸ ਲਹਿਜੇ ਦੇ ਵਿੱਚ ਦਿੰਦੀ ਹੈ ਔਰ ਗੁਰਬਾਣੀ ਦਾ ਮਸਲਾ ਗੁਰਬਾਣੀ ਦੇ ਫ੍ਰੀ ਟੂ ਏਅਰ ਦਾ ਜਿਹੜਾ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਵੇਂ ਰੰਗ ਬਖਾਂਦਾ ਨਜ਼ਰ ਆਊਗਾ ਕੈਮਰਾ ਪਰਸਨਾ ਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ